ਭਾਜੀ ਨੇ ਸਾਨੂੰ ਬਕਲਾਵਾ ਦਿੱਤਾ ਤੇ ਬਕਲਾਵਾ ਟੇਸਟ ਕਰਦੇ ਆ। ਅਸੀਂ ਆਏ ਹਾਂ ਇਸ ਟਾਈਮ ਇਸਤਾਨਬੁਲ ਦੇ ਵਿੱਚ, ਇੱਕ ਸਵੀਟ ਸ਼ੋਪ ਆ। ਅਸੀਂ ਭਾਜੀ ਨੂੰ ਪੁੱਛਿਆ ਵੀ ਬੱਚਿਆਂ ਵਾਸਤੇ ਸਵੀਟਸ ਵਗੈਰਾ ਲੈਣੀਆਂ ਜਾਂ ਟੋਫੀਆਂ ਵਗੈਰਾ, ਅਤੇ ਕਿਹੜੀ ਜਗ੍ਹਾ ਤੋਂ ਲਈਏ। ਜਿਹੜੇ ਸਾਡੇ ਇੰਡੀਅਨ ਰੈਸਟੋਰੈਂਟ ਦੇ ਚੀਮਾ ਸਾਹਿਬ ਆ, ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਬਿਲਕੁਲ ਲਾਗੇ ਹੀ ਇੱਕ ਸ਼ੋਪ ਹੈਗੀ ਆ, ਅਤੇ ਉੱਥੋਂ ਲਓ ਤੁਸੀਂ ਜਾ ਕੇ। ਅਤੇ ਮੈਂ ਸਾਰੇ ਭਰਾਵਾਂ ਨੂੰ ਕਹੂੰਗਾ ਵੀ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ, ਕਿਉਂਕਿ ਆਪਾਂ 17-18 ਸ਼ੋਪਸ ਵਿਜ਼ਿਟ ਕੀਤੀਆਂ ਸੀ, ਗ੍ਰੈਂਡ ਬਾਜ਼ਾਰ ਵੀ ਹਰ ਜਗ੍ਹਾ ਦੇ 'ਤੇ, ਪਰ ਸਾਨੂੰ ਇਹ ਰੇਟ ਜਿਹੜੇ ਆ ਸਭ ਤੋਂ ਜ਼ਿਆਦਾ ਚੀਪ ਲੱਗੇ ਆ। ਸੋ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਦੁਕਾਨ ਦੇ ਅੰਦਰ। ਆਹ ਦੁਕਾਨ ਆ ਜੀ, ਫਿਰ ਅੰਦਰ ਆ। ਟੀਟੂ ਭਾਈ ਸਾਡੇ ਪਹਿਲੇ ਲੈਂਦੇ ਆ ਇੱਥੇ ਆ ਕੇ। ਅੱਛਾ, 7 ਦਿਨ ਤੱਕ ਖਰਾਬ ਨਹੀਂ ਹੋਊਗੀ, 7 ਡੇਜ਼। ਬਕਲਾਵਾ ਵਗੈਰਾ ਵੀ ਇੱਥੇ ਸਭ ਕੁਝ ਹੈਗਾ, ਸਵੀਟਸ ਕਾਫੀ ਇੱਥੇ ਚੀਪ ਆ, ਚੋਕਲੇਟਸ ਵਗੈਰਾ ਜਿਹੜੀਆਂ ਟਰਕਿਸ਼ ਆ, ਤੇ ਜਿਹੜੀਆਂ ਹੋਰ ਜਿਹੜੇ ਯੂਰੋਪੀਅਨ ਬ੍ਰਾਂਡਸ ਆ ਉਹਦੀਆਂ ਕਾਫੀ ਅੱਛੀ ਹੈਗੀਆਂ ਚੋਕਲੇਟ। ਤੇ ਇੱਥੇ ਨਾ ਬਕਲਾਵਾ ਵੀ ਆ, ਤੇ ਤੁਹਾਨੂੰ ਬਕਲਾਵਾ ਵਗੈਰਾ ਦਾ ਟੇਸਟ ਕਰਾਉਂਦੇ ਆ। ਜਿਹਨੇ ਸਾਨੂੰ ਬਕਲਾਵਾ ਦਿੱਤਾ ਤੇ ਬਕਲਾਵਾ ਟੇਸਟ ਕਰਦੇ ਆਂ। ਹਣੀ ਹੈਗੀ ਆ, ਔਰਗੈਨਿਕ ਹਣੀ ਵੀ ਆ, ਦੂਸਰੀ ਹਣੀ ਵੀ ਆ, ਪਰ ਇਹ ਬਹੁਤ ਮਹਿੰਗੀ ਆ, 4,500-5,000 ਰੁਪਇਆ ਇੰਡੀਅਨਸ ਦੇ ਹਿਸਾਬ ਨਾਲ ਆਏ।
ਇਹ ਇਸ ਤਰ੍ਹਾਂ ਆਪਣਾ ਪਤੀਸਾ ਹੁੰਦਾ ਨਾ, ਪਤੀਸੇ ਦੇ ਉੱਤੇ ਆਪਾਂ ਪਾਊਡਰ ਪਾਇਆ ਹੁੰਦਾ, ਸੇਮ ਉਸੇ ਤਰ੍ਹਾਂ ਵਾ। ਇਹ ਆ ਅਖਰੋਟ ਦੀ ਜਿਹੜੀ ਗਿਰੀ ਆ ਨਾ, ਉਹਨੂੰ ਹਨੀ ਦੇ ਵਿੱਚ ਇਹਨਾਂ ਨੇ ਕੀਤਾ ਆ ਵਾ। ਇਹ ਕੋਈ ਲਗਭਗ 350 ਰੁਪਏ, 300 ਰੁਪਏ ਕਿਲੋ।